हां जी फ्रेंड्स ਸਾਰਿਆਂ ਦੇ ਧਿਆਨ ਦੇਣ ਯੋਗ ਹੈ ਜੀ ਅੱਜ ਪੀਪੀਐਸਸੀ ਵੱਲੋਂ ਇਨਸਪੈਕਟਰ ਕੋਆਪਰੇਟਿਵ ਸੁਸਾਇਟੀ ਦਾ ਐਗਜ਼ਾਮ ਲਿਆ ਗਿਆ ਸੀ 11/9/2022 ਨੂੰ ਆਨਸਰ ਕੀਜ਼ ਹੈ ਜਿਹੜੀਆਂ ਉਹ ਵੀ ਅਪਲੋਡ ਹੋ ਚੁੱਕੀਆਂ ਨੇ ਤੇ ਕੁਐਸਚਨ ਪੇਪਰ ਵੀ ਅਪਲੋਡ ਹੋ ਚੁੱਕੇ ਨੇ ਠੀਕ ਹੈ ਜੀ ਆਬਜੈਕਸ਼ਨ ਵਾਲੀ ਗੱਲ ਕਰਾਂਗੇ ਆਪਾਂ ਆਨਸਰ ਕੀਜ਼ ਹੈਗੀਆਂ ਚਾਰੇ ਸੈਟਾਂ ਦੀਆਂ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੀਆਂ ਤੇ ਕੁਐਸਚਨ ਪੇਪਰ ਵੀ ਚਾਰੇ ਸੈਟਾਂ ਦੇ ਠੀਕ ਹੈ ਜੀ ਟੈਲੀਗ੍ਰਾਮ ਚੈਨਲ ਤੇ ਆਲਰੇਡੀ ਪਾ ਦਿੱਤੇ ਗਏ ਆ ਜਾ ਕੇ ਚੈੱਕ ਕਰ ਲੋ PDF ਫਾਈਲ ਦੇ ਲਈ Telegram ਚੈਨਲ ਦਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ objections ਦੀ ਸਭ ਤੋਂ ਪਹਿਲਾਂ ਤਾਂ ਆਪਾਂ objections ਇਹ ਜਿਹੜਾ ਜੀ ਅੱਜ ਰਾਤ 12 ਵਜੇ ਤੋਂ ਸਟਾਰਟ ਹੋਣਾ ਹੈ ਯਾਨੀ ਕਿ 12 ਨਵੰਬਰ 2022 12 ਵਜੇ ਸਟਾਰਟ ਹੋ ਜਾਣਾ ਜੀ ਵਿੰਡੋ ਜਿਹੜੀ ਓਪਨ ਹੋ ਜੇਗੀ ਆਨਲਾਈਨ ਲਿੰਕ ਜਿਹੜਾ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਜੇ ਕਿਸੇ ਕੈਂਡੀਡੇਟ ਨੂੰ ਕੋਈ ਦਿੱਕਤ ਆਈ ਆਨਲਾਈਨ ਅਪਲਾਈ ਕਰਨ ਦੇ ਵਿੱਚ ਤਾਂ ਉਸ ਦੇ ਲਈ ਆਪਣਾ ਇਨਫੋ ਬੋਰਡ ਗੋਮੈਂਟ ਜੋਬ ਦੇ ਟੈਗਰੂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪੈਸ ਕਰ ਲਿਓ ਠੀਕ ਹੈ ਜੀ ਪੁਆਇੰਟਸ ਨੇਗੇ ਕੁਝ ਆਪਾਂ ਡਿਸਕਸ ਕਰ ਲੈਣੇ ਆ ਲਿੰਕ ਓਪਨ ਹੋ ਜਾਏਗਾ ਜੀ ਦੂਸਰੇ ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਗਰ ਕੋਈ ਕੁਐਸਚਨ ਹੈ ਜਿਹੜਾ ਧਿਆਨ ਨਾਲ ਸੋਲਿਓ ਅਗਰ ਕੋਈ ਕੁਐਸਚਨ ਹੈ ਜਿਹੜਾ ਗਲਤ ਸਾਬਿਤ ਹੁੰਦਾ ਤਾਂ ਉਸ ਕੈਂਡੀਡੇਟ ਗਲਤ ਸਾਬਿਤ ਹੁੰਦਾ ਉਹਦੇ 4 ਨੰਬਰ ਮਿਲਣਗੇ ਹਰੇਕ ਕੈਂਡੀਡੇਟ ਨੂੰ ਚਾਹੇ ਉਹ ਕਿਸੇ ਕੈਂਡੀਡੇਟ ਨੇ ਕੁਐਸਚਨ ਹੈ ਜਿਹੜਾ ਉਹ ਅਟੈਂਪਟ ਕੀਤਾ ਚਾਹੇ ਨਹੀਂ ਅਟੈਂਪਟ ਕੀਤਾ ਸਾਰਿਆਂ ਨੂੰ ਉਸ ਕੁਐਸਚਨ ਦੇ ਮਾਰਕਸ ਮਿਲਣਗੇ ਕਲੀਅਰ ਹੈ ਜੀ ਦੂਸਰੀ ਗੱਲ ਹੈ ਜੀ ਜਿਹੜੀ ਜਰਨਲ ਮੈਂਟਲ ਐਬਿਲਿਟੀ ਦੇ ਲੌਜੀਕਲ ਰੀਜ਼ਨਿੰਗ ਹੈ ਇਹ ਦਾ ਜਿਹੜਾ ਐਕਸਪਰਟਸ ਨੇਗੇ ਬੋਡੀ ਹੈਗੀ ਉਹਨਾਂ ਦੁਆਰਾ ਨੈਸੀਸਰੀ ਜੋ ਵੀ ਫੈਸਲਾ ਲਿਆ ਜਾਏਗਾ ਮਨਜ਼ੂਰ ਹੋਏਗਾ ਤੇ ਜਿਹੜਾ ਇਹ ਵਾਲਾ ਕੇਸ ਹੈ ਜੀ ਇਸ ਦੇ ਵਿੱਚ ਜੋ ਐਕਸਪਰਟ ਦੀ ਵੀ رائے ਲਈ ਗਈ ਜਾਏਗੀ ਪੇਪਰ ਸੈਟਰ ਦੀ ਵੀ ਲਾਈ ਜਾਈ ਜਾਏਗੀ ਚੌਥੇ ਪੁਆਇੰਟ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਹੈ ਵੀ ਜੇਕਰ ਤੁਸੀਂ ਕੋਈ ਕਵੈਸਚਨ ਤੇ オਬਜੈਕਸ਼ਨ ਲਾਉਣਾ ਹੈ ਤਾਂ ਉਸ ਦਾ ਸਫੀਸ਼ੀਐਂਟ ਰੀਜ਼ਨ ਹੈ ਜਿਹੜਾ ਤੁਸੀਂ ਦੇਣਾ ਹੈ ਕੈਂਡੀਡੇਟਸ ਨੂੰ ਬੁੱਕਸ ਡਾਕੂਮੈਂਟਸ ਤੇ ਵੈਬਸਾਈਟ ਦਾ ਲਿੰਕ ਹੈ ਜਿਹੜਾ ਉਹ ਨਹੀਂ ਪ੍ਰੋਵਾਈਡ ਕਰਵਾਇਆ ਜਾਏਗਾ ਸਫੀਸ਼ੀਐਂਟ ਡਾਕੂਮੈਂਟ ਹੈ ਜਿਹੜਾ ਤੁਸੀਂ ਪ੍ਰੋਵਾਈਡ ਕਰੋ ਹਨ ਤੇ ਉਸ ਦੀਆਂ 200kb ਤੱਕ ਹੁਣ 200kb ਦੀ ਫੋਟੋ ਹੈ ਜਿਹੜੀ ਉਹ ਕੈਪਚਰ ਕਰਨੀ ਹੈ ਜੇ ਕਿਸੇ ਕੈਂਡੀਡੇਟ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਲੱਗਦਾ ਤਾਂ ਤੁਹਾਨੂੰ ਦੁਬਾਰਾ ਫੇਰ ਦੱਸੀਏ ਇਨਫੋ ਵਰਟਲਗਮੈਂਟ ਜੋਬ ਦੇ ਆਪਣਾ ਟੈਗ ਗੁਰੂ ਚੈਨਲ 'ਤੇ ਆ ਉਸ ਟੈਗਰ ਗੁਰੂ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਟੈਕਨੀਕਲ ਵੀਡੀਓ ਸਾਰੀਆਂ ਤੁਹਾਨੂੰ ਉਸੇ ਚੈਨਲ ਤੇ ਹੀ ਮਿਲਣਗੀਆਂ ਕਲੀਅਰ ਹੈ ਜੀ ਤਿੰਨ ਵਾਰ ਫੋਟੋਜ਼ ਨਹੀਂ ਆ ਜਿਹੜੀਆਂ ਤੁਸੀਂ ਕਲਿੱਕ ਕਰਨੀਆਂ ਨੇ ਇਹਨਾਂ ਨੇ ਲਿਖਿਆ ਹੋਇਆ ਤਿੰਨ ਫੋਟੋਆਂ ਕਲਿੱਕ ਕਰਨੀ ਹੈ 200kb ਦੀ ਈਚ ਫੋਟੋ ਹੋਵੇਗੀ ਠੀਕ ਹੈ ਜੀ ਲਿੰਕ ਦੇਖੋ ਦੁਬਾਰਾ ਫੇਰੇ ਇਹਨਾਂ ਨੇ ਦੱਸ ਦिए ਵੀ 12 ਸਤੰਬਰ 2022 ਯਾਨੀ ਕਿ ਅੱਜ ਰਾਤ ਨੂੰ 12 ਵਜੇ ਲਿੰਕ ਜਿਹੜਾ ਓਪਨ ਹੋ ਜਾਏਗਾ ਤੇ ਲਾਸਟ ਡੇਟ ਹੈ ਜੀ 23/09/15 ਸਤੰਬਰ 2022 ਤੱਕ ਕਲੀਅਰ ਹੈ ਜੀ ਜੇ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੁਝ ਨਾ ਪਤਾ ਲੱਗਿਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਜੀ ਆਪਾਂ ਆਬਜੈਕਸ਼ਨ ਰੇਜ਼ ਕਰਨ ਦੀ ਆਬਜੈਕਸ਼ਨ ਰੇਜ਼ ਕਿਵੇਂ ਕਰਾਂਗੇ ਆਪਾਂ ਲਿੰਕ ਹੈ ਜੀ ਜਿਹੜਾ ਤੁਹਾਨੂੰ ਉਹ ਮਿਲ ਜੇਗਾ ਅੱਜ ਰਾਤ 12 ਵਜੇ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੁੰਦੀ ਹੈ ਪਲੀਜ਼ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਿਓ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ ਆਪਾਂ ਠੀਕ ਹੈ ਜੀ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕੀ ਕਰਨਾ ਹੈ YouTube ਤੇ ਸਰਚ ਕਰੋਗੇ ਇਨਫੋਪੋਰਟਲ ਗੋਮਿੰਟ ਜੋ ਚਲਦੇ ਆ ਇਨਸਟਰਕਸ਼ਨ ਵਾਲੇ ਵੀ ਅਪਲਾਈ ਕਰਨਾ Objection ਵਾਲਾ ਤੁਹਾਨੂੰ ਸਾਰਾ ਦੱਸਾਂਗੇ ਇੱਕ ਵਾਰ ਥੋੜਾ ਜਿਹਾ ਇਹ ਚੈਨਲ ਦਾ ਤੁਹਾਨੂੰ ਗਾਈਡ ਕਰ ਦਈਏ ਫੋਰ ਐਗਜ਼ਾਮਪਲ ਤੁਸੀਂ ਇੱਥੇ ਇਨਫੋ ਅਬਾਊਟ ਆਲ ਗੋਮੇਟ ਜੋ ਉੱਪਰ ਤਾਂ ਆ ਗਿਆ ਜੀ ਠੀਕ ਹੈ ਜਿੰਨੇ ਕੈਂਡੀਡੇਟ ਦੇਖ ਰਹੇ ਹੋ ਵੀਡੀਓ ਨੂੰ ਪਲੀਜ਼ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਦੁਬਾਰਾ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੇ ਰਹਿ ਗਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਓ ਤੇ ਇਕਾਹਾ ਨੋਟਿਸ ਹੈ ਜਿਹੜਾ ਇਹ ਤੁਹਾਡੇ ਕੋਲ ਪਹੁੰਚ ਗਿਆ ਹੋਵੇਗਾ ਵੀ ਜਿਹੜੀਆਂ ਕਲਰਕ ਕਲਰਕ ਆਈਡੀ ਤੇ ਕਲਰਕ ਅਕਾਊਂਟ ਦੀਆਂ ਪੋਸਟਸ ਆਈਆਂ ਸੀ ਉਹਨਾਂ ਦੇ ਪ੍ਰੈਫਰੈਂਸ ਫਿਲ ਕਰਨੇ ਨੇ ਇਹਨਾਂ ਦਾ ਵੀ ਜਿਹੜਾ ਲਿੰਕ ਹੈ ਕੱਲ ਨੂੰ ਓਪਨ ਹੋਣਾ ਹੈ ਪ੍ਰੈਫਰੈਂਸ ਕਿਵੇਂ ਫਿਲ ਕਰਨੀਆਂ ਨੇ ਉਹਦੀ ਵੀਡੀਓ ਵੀ ਤੁਹਾਨੂੰ ਆਪਾਂ ਜਲਦੀ ਹੀ ਪਾ ਦੇਾਂਗੇ ਇਹਨੂੰ ਓਪਨ ਕਰ ਲਿਓ ਓਪਨ ਕਰੋਗੇ ਤਾਂ ਚੈਨਲ ਨਹੀਂ ਲੈਣਗੇ ਤੁਹਾਨੂੰ ਟੈਗ ਗੁਰੂ ਆਲਟਾਈ ਵੀਡੀਓ ਤੇ ਪਕਾਤੇ ਰਹੋ ਸਾਰੇ ਚੈਨਲ ਤੁਸੀਂ ਸਬਸਕ੍ਰਾਈਬ ਕਰ ਲੈਣੇ ਨੇ ਪਕਾਤੇ ਰਹੋ ਬਹੁਤ ਘੱਟ ਕੈਂਡੀਡੇਟ ਨੇ ਕੀਤਾ ਇਹ ਚੈਨਲ ਤੁਸੀਂ ਸਾਰਿਆਂ ਨੇ ਕਰਕੇ ਜਾਣਾ ਹੈ ਟੈਕਨੀਕਲ ਵੀਡੀਓ ਤੁਹਾਨੂੰ ਇਸੇ ਚੈਨਲ ਤੇ ਹੀ ਮਿਲਣਗੀਆਂ ਇਹਨੂੰ ਸਬਸਕ੍ਰਾਈਬ ਕਰ ਲਿਓ ਟੈਗਰੂ ਨੂੰ ਬੈਲ ਆਈਕਨ ਪ੍ਰੈਸ ਕਰ ਲਿਓ ਵੀਡੀਓ ਦੇ ਡਿਸਕ੍ਰਿਪਸ਼ਨ ਚ ਸਾਰੇ ਲਿੰਕ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਫੋਰ ਐਗਜ਼ਾਮਪਲ ਆਹ ਵੀਡੀਓ ਹਜੇ ਪਾਈਏ ਤੇ ਜਿਹੜੇ ਲਿੰਕ ਆਪ ਅਪਲੋਡ ਕਰਨੇ ਆ ਐ ਐਮਜੀ ਨਰੇਗਾ ਦੀਆਂ ਪੋਸਟਾਂ ਆਈਆਂ ਰੂਪਨਗਰ ਦੀਆਂ ਇਹ ਦੇਖ ਲਓ ਜੇ ਕੋਈ ਕੈਂਡੀਡੇਟ ਐਲੀਜੀਬਲ ਹੁੰਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਸ ਲਈ ਰੀਕਵੈਸਟ ਸਾਰੇ ਨੂੰ ਹੈ ਵੀ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਹੈ ਜਿਹੜੇ ਰਹਿ ਗਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਜਾਈਓ ਕਲੀਅਰ ਹੈ ਜੀ ਹੁਣ ਚਲਦੇ ਆ ਜੀ ਵਾਪਿਸ ਉਥੇ ਫਿਰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਉਂਗੇ ਤੁਸੀਂ ਸ਼ੋ ਮੋਰ ਤੇ ਕਲਿੱਕ ਕਰੋਗੇ ਸਾਰੇ ਲਿੰਕ ਮਿਲ ਜਾਣਗੇ ਕਾਫੀ ਕੈਂਡੀਡੇਟ ਨੇ ਫੇਸਬੁਕ ਪੇਜ ਟਵਿੱਟਰ ਤੇ ਇੰਸਟਾਗ੍ਰਾਮ ਤੇ ਫੋਲੋ ਕਰ ਰਹੇ ਆ ਜਿਹੜੇ ਰਹਿ ਗਏ ਨੇ ਪਲੀਜ਼ ਜ਼ਰੂਰ ਫੋਲੋ ਕਰਿਓ ਟੈਲੀਗ੍ਰਾਮ ਚੈਨਲ ਆਲਮੋਸਟ ਸਾਰਿਆਂ ਨੇ ਕਰ ਰੱਖਿਆ ਜਿਹੜੇ ਕੋਈ ਕੈਂਡੀਡੇਟ ਨਵੇਂ ਹੁੰਦੇ ਨੇ ਉਹ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਪੇਪਰ ਜਿਹੜੇ ਪੀਪੀਐਸਸੀ ਦੇ ਸਾਰੇ ਚਾਰੇ ਸੈੱਟ ਤੇ ਅਨਸਰ ਕੀਸ ਆਪਾਂ ਪਾਤੀਆਂ ਨੇ ਜਾ ਕੇ ਟੈਲੀਗ੍ਰਾਮ ਚੈੱਕ ਜ਼ਰੂਰ ਕਰ ਲਿਓ ਠੀਕ ਹੈ ਜੀ ਹੁਣ ਗੱਲ ਕਰਦੇ ਆਪਾਂ ਓਬਜੈਕਸ਼ਨ ਰੇਜ਼ ਕਰਨ ਦੀ ਠੀਕ ਹੈ ਜੀ ਓਬਜੈਕਸ਼ਨ ਰੇਜ਼ ਕਿਵੇਂ ਕਰਨੇ ਨੇ ਇੱਥੇ ਇੱਕ ਪੁਆਇੰਟ ਦਿੱਤਾ ਹੋਇਆ 3rd ਤਿੰਨ ਨੰਬਰ ਪੁਆਇੰਟ ਦਿੱਤਾ ਉਹਨਾਂ ਨੇ ਵੀ ਜਿਹੜੇ ਮਰਜ਼ੀ ਸੈੱਟ ਦੇ ਵਿੱਚੋਂ ਤੁਸੀਂ ਕੁਐਸਚਨ ਰੇਜ਼ ਕਰਨਾ ਹੈ ਠੀਕ ਹੈ ਨਾ ਮੰਨ ਲਓ ਸੈੱਟ ਸੀ ਸੀ ਤੁਹਾਡਾ 20 ਸੀ ਜਾਂ ਡੀ ਸੀ ਸੈੱਟ ਸਿਰਫ ਏ ਨੂੰ ਮੰਨ ਕੇ ਹੀ ਤੁਸੀਂ ਓਬਜੈਕਸ਼ਨ ਰੇਜ਼ ਕਰੋਗੇ ਠੀਕ ਹੈ ਨਾ ਫੋਰ ਐਗਜ਼ਾਮਪਲ ਤੁਹਾਡੇ ਕੋਲੇ ਡੀ ਸੈੱਟ ਸੀਗਾ ਪਰ ਡੀ ਸੈੱਟ ਨਹੀਂ ਤੁਸੀਂ ਸਿਰਫ ਅਕੋਰਡਿੰਗ ਟੂ ਸੈੱਟ ਏ ਸੈੱਟ ਉਹਨਾਂ ਨੇ ਪਾ ਦਿੱਤੇ ਹੈ ਉਹਨਾਂ ਦੀ ਅਨਸਰ ਕੀ ਪਾਤੀਆਂ ਉਹ ਤੁਸੀਂ ਚੈੱਕ ਕਰੋ ਤੁਹਾਡੇ ਕੁਐਸਚਨ ਕਿਹੜੇ-ਕਿਹੜੇ ਬੰਦੇ ਨੇ ਉਹਦੇ ਅਕੋਰਡਿੰਗ ਹੀ ਤੁਸੀਂ ਓਬਜੈਕਸ਼ਨ ਹੈ ਜਿਹੜਾ ਰੇਜ਼ ਕਰਨਾ ਹੈ ਕਲੀਅਰ ਹੈ ਜੀ ਅਬਜੈਕਸ਼ਨ ਰੇਜ਼ ਕਰਨ ਦੇ ਲਈ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਹੋਏਗਾ ਯੂਜ਼ਰ ਨੇਮ ਪਾਸਵਰਡ ਹੋਏਗਾ ਤੁਹਾਡਾ ਤੁਸੀਂ ਜਿਹੜਾ ਐਪਲੀਕੇਸ਼ਨ ਫਿਲ ਕਰਨ ਲਈ ਮਿਲੇ ਦਿੱਤਾ ਹੋਇਆ ਸੀ ਕਲੀਅਰ ਹੈ ਜੀ ਜਦੋਂ ਤੁਸੀਂ ਡਾਊਨਲੋਡ ਕੀਤਾ ਸੀ ਐਡਮਿਟ ਕਾਰਡ ਉਹੀ ਪਾਸਵਰਡ ਹੈ ਜਿਹੜਾ ਇੱਥੇ ਚੱਲੇਗਾ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਜੇ ਕੋਈ ਕੈਂਡੀਡੇਟ A B C D ਚਾਰੇ ਆਪਸ਼ਨਾਂ ਚੋਂ ਕੋਈ ਵੀ ਆਪਸ਼ਨ ਨਹੀਂ ਹੈਗਾ ਸੂਟੇਬਲ ਠੀਕ ਹੈ ਨਾ ਤਾਂ ਤੁਸੀਂ ਅਦਰਸ ਦੀ ਜਿਹੜੀ ਆਪਸ਼ਨ ਹੈ ਚੂਜ਼ ਕਰ ਸਕਦੇ ਹੋ ਅਦਰਸ ਦੀ ਆਪਸ਼ਨ ਚੂਜ਼ ਕਰੋਗੇ ਤਾਂ ਪਪ-ਅਪ ਬਾਕਸ ਜਿਹੜਾ ਓਪਨ ਹੋ ਜਾਏਗਾ ਇਮੇਜਸ ਸਾਫ਼-ਸਾਫ਼ ਹੋਣੀਆਂ ਚਾਹੀਦੀਆਂ ਨੇ ਸਾਈਜ਼ 200 KB ਦਾ ਹੋਣਾ ਚਾਹੀਦਾ ਆਲਰੇਡੀ ਤੁਹਾਨੂੰ ਦੱਸਤਾ ਅਗਰ ਕਿਸੇ ਕੈਂਡੀਡੇਟ ਨੂੰ 200 KB ਤੱਕ ਦੀ ਫੋਟੋ ਦਾ ਸਾਈਜ਼ ਸੈੱਟ ਨਹੀਂ ਕਰਨਾ ਹੁੰਦਾ ਤਾਂ ਕਮੈਂਟ ਜ਼ਰੂਰ ਕਰ ਦਿਓ ਟੈਲੀਗ੍ਰਾਮ ਆਪਣਾ ਟੈਗਗਰੂ ਚੈਨਲ ਜ਼ਰੂਰ ਦੇਖ ਲਿਓ ਉਹ ਵੀ ਇਮੇਜ ਸਾਈਜ਼ ਵਾਲੀ ਵੀਡੀਓ ਪਾਈ ਹੋਈ ਆ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ ਜਿਹੜੀ ਵੀਡੀਓ ਆ ਸੈੱਟ ਕਰਨ ਵਾਲੀ ਆਪਾਂ ਉਸ ਚੈਨਲ ਦੇ ਉੱਪਰ ਪਾ ਰੱਖੀ ਆ ਫੋਰ ਐਗਜ਼ਾਮਪਲ ਤੁਸੀਂ ਓਪਨ ਕਰ ਲਿਆ ਟੈਗਗਰੂ ਚੈਨਲ ਇਨੂੰ ਕਲਿੱਕ ਕਰੋਗੇ ਇੱਥੇ ਰੀਸਾਈਜ਼ ਵਾਲਾ ਫੋਟੋ ਵਾਲਾ ਵੀਡੀਓ ਪਾਈ ਹੋਏਗੀ ਆਪਾਂ ਧਿਆਨ ਨਾਲ ਚੈੱਕ ਕਰਿਓ ਆਈ ਥਿੰਕ ਅਵੇਲੇਬਲ ਹੈਗੀ ਐ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਇੱਥੇ ਪਾਈ ਹੋਈ ਹੈ ਵੀਡੀਓ ਸੈਕਸ਼ਨ 'ਚ ਜਾਓਗੇ ਵੀਡੀਓ ਸੈਕਸ਼ਨ 'ਚ ਜਾ ਕੇ ਨੀਚੇ ਜੇ ਦੇਖੋ ਇੱਥੇ ਪਾਸਪੋਰਟ ਸੈਟ ਕਰਨ ਵਾਲੀ ਫੋਟੋ ਪਈ ਹੈ ਠੀਕ ਹੈ ਜੀ ਆ ਐਡਮਿਟ卡 ਡਾਊਨਲੋਡ ਵਾਲੀਆਂ ਪਈਆਂ ਸੀਗੀਆਂ ਜੇ ਕੋਈ ਦਿੱਕਤ ਆਈ ਕਿਸੇ ਕੈਂਡੀਡੇਟ ਨੂੰ ਤਾਂ ਪਲੀਜ਼ ਉਹ ਜ਼ਰੂਰ ਵੀਡੀਓ ਨੂੰ ਚੈੱਕ ਕਰਕੇ ਰੱਖਿਓ ਆ ਪਈ ਹੈ ਠੀਕ ਹੈ ਜੀ ਇਤਨਾ ਚਾਹੀਏਗੀ ਹੈ ਹਾਈਡ ਗੋਸਟੇਬਲ ਵਾਲੀ ਹੈ ਨਾ ਦੋਨਾਂ ਚ ਕੋਈ ਇੱਕ ਹੈਗੀ ਵੀਡੀਓ ਤੁਸੀਂ ਚੈੱਕ ਕਰ ਲਿਓ ਦੇਖ ਲਿਓ ਜੇ ਫਿਰ ਵੀ ਨਾ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ ਇਹਨਾਂ ਦੋਨਾਂ ਚ ਕੋਈ ਵੀਡੀਓ ਹੈ ਜਿਹੜੀ ਸਾਈਜ਼ ਰੀਸੈਟ ਕਰਨ ਵਾਲੀ ਹੈ ਕਲੀਅਰ ਹੈ ਜੀ ਜੇ ਫਿਰ ਵੀ ਨਾ ਪਤਾ ਲੱਗਿਆ ਕਮੈਂਟ ਕਰ ਦਿਓ ਆਪਾਂ ਦੁਬਾਰਾ ਲਿੰਕ ਹੈ ਜਿਹੜਾ ਟੈਲੀਗ੍ਰam ਚੈਨਲ ਤੇ ਪੇਸਟ ਕਰ ਦੇਗੀ ਓਬਜੈਕਸ਼ਨ ਦਾ ਪਤਾ ਲੱਗਿਆ ਜੀ ਜਿਹੜਾ ਸਫੀਸ਼ੀਐਂਟ ਪ੍ਰੂਫ ਹੈ ਤੁਹਾਡੇ ਕੋਲੇ ਹੋਊਗਾ ਉਹਦੀਆਂ ਫੋਟੋਸ ਚਲਾਉਂਗੇ ਤਿੰਨ ਫੋਟੋਆਂ ਹੋਣਗੀਆਂ 200kb ਦੀ ਹੋਊਗੀ ਈਚ ਫੋਟੋ ਦਾ ਸਾਈਜ਼ 200kb ਹੋਏਗਾ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਉਸਨੇ ਚੱਕਣਾ ਨਹੀਂ ਅਲਾਉ ਨਹੀਂ ਕਰੇਗਾ ਇੱਕ ਵਾਰ ਆਬਜੈਕਸ਼ਨ ਜਿਹੜਾ ਤੁਸੀਂ ਫਿਲ ਕਰਤਾ ਉਹ ਨੂੰ ਨਾ ਤੁਸੀਂ ਐਡਿਟ ਕਰ ਸਕਦੇ ਹੋ ਨਾ ਡਿਲੀਟ ਕਰ ਸਕਦੇ ਹੋ ਕਲੀਅਰ ਹੈ ਧਿਆਨ ਨਾਲ ਸੁਣੋ ਜਿਹੜੇ ਕੈਂਡੀਡੇਟ ਆਬਜੈਕਸ਼ਨ ਰੇਜ਼ ਕਰਨ ਜਾ ਰਹੇ ਨੇ ਆਬਜੈਕਸ਼ਨ ਸਿਰਫ ਤੁਸੀਂ ਇੱਕ ਵਾਰ ਜਦੋਂ ਸਬਮਿਟ ਕਰ ਦੋਗੇ ਨਾ ਉਹ ਐਡਿਟ ਹੋਏਗਾ ਨਾ ਡਿਲੀਟ ਹੋਏਗਾ ਕਲੀਅਰ ਹੈ ਜੀ ਦੂਸਰੀ ਗੱਲ ਹੈ ਜੋ ਆਬਜੈਕਸ਼ਨ ਤੁਸੀਂ ਵਿਊ ਡਿਟੇਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਸਮਰੀ ਹੈ ਜਿਹੜੀ ਵੀ ਇਮੇजेस ਦੀ ਚੈੱਕ ਕਰ ਸਕਦੇ ਹੋ with the logging in into his account ਤੁਸੀਂ ਲੌਗ ਇਨ ਕਰਨਾ ਲੌਗ ਇਨ ਕਰਨ ਤੋਂ ਬਾਅਦ ਹੀ オਬਜੈਕਸ਼ਨ ਰੇਜ਼ ਹੋਣਗੇ ਕਲੀਅਰ ਹੈ ਜੀ ਇਹ ਗੱਲ ਦੂਸਰੀ ਗੱਲ ਹੈ ਸਬਮਿਟ ਕਰ ਦੇਣਾ ਹਰ ਇੱਕ ਕੁਐਸਚਨ ਨੂੰ ਸਬਮਿਟ ਕਰਨਾ ਹੈ ਤੁਸੀਂ ਕੱਲੇ-ਕੱਲੇ ਕੁਐਸਚਨ ਨੂੰ ਜਿੰਨੇ ਕੁਐਸਚਨ ਦੇ オਬਜੈਕਸ਼ਨ ਰੇਜ਼ ਕਰੋਗੇ ਕੱਲਾ-ਕੱਲਾ ਕੁਐਸਚਨ ਤੁਸੀਂ ਸਬਮਿਟ ਕਰਨਾ ਹੈ ਠੀਕ ਹੈ ਸਬਮਿਟ ਸਕਸੈਸਫੁਲੀ ਦਾ ਮੈਸੇਜ ਆ ਜਾਏਗਾ ਤੁਹਾਡੇ ਕੋਲੇ ਜਦੋਂ オਬਜੈਕਸ਼ਨ ਰੇਜ਼ ਹੋਗੇ ਤੁਸੀਂ ਲੌਗ ਆਊਟ ਕਰ ਲੈਣਾ ਕਲੀਅਰ ਹੈ ਜੀ ਜੇ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੁਝ ਨਾ ਪਤਾ ਲੱਗਿਆ ਤਾਂ ਆ ਜਿਹੜੀਆਂ ਇਮੇजेस ਦਿੱਤੀਆਂ ਨੇ ਇਹਦੇ ਅਕੋਰਡਿੰਗ ਤੁਹਾਨੂੰ ਇੱਕ ਵੀਡੀਓ ਹੈ ਜਿਹੜੀ ਅਲੱਗ ਤੋਂ ਟੈਗਗਰੂ ਚੈਨਲ ਤੇ ਮਿਲ ਜੇਗੀ ਕਮੈਂਟ ਜਰੂਰ ਕਰ ਦਿਓ ਕਲੀਅਰ ਹੈ ਜੀ ਆਬਜੈਕਸ਼ਨ ਰੇਜ਼ ਕਰਨ ਦੀ ਵੀਡੀਓ ਤੁਹਾਨੂੰ ਇੱਕ ਵਾਰ ਦੁਬਾਰਾ ਫੇਰ ਪਾ ਦੇਗੇ ਉਹ ਟੈਕਨੀਕਲ ਵੀਡੀਓ ਸਾਰੀਆਂ ਟੈਗਗਰੂ ਚੈਨਲ ਤੇ ਠੀਕ ਹੈ ਜੀ ਆ ਆ ਸਾਰੀ ਜਾਣਕਾਰੀ ਤੁਹਾਨੂੰ ਮਿਲ ਗਈ ਹੈ ਚੈਨਲ ਦੁਬਾਰਾ ਫੇਰ ਦੱਸਦੀ ਹੈ ਵਾਰ-ਵਾਰ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਕੈਂਡੀਡੇਟ ਰਹਿ ਜਾਂਦੇ ਨੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਿੰਨੇ ਆਪਣੇ ਚੈਨਲ ਨੇ ਸਾਰਿਆਂ ਨੂੰ ਜੁਆਇਨ ਕਰਕੇ ਰੱਖੋ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਲਿੰਕ ਸਾਰੇ ਸਬਸਕ੍ਰਾਈਬ ਕਰਕੇ ਰੱਖੋ ਠੀਕ ਹੈ ਜੀ ਕੋਈ ਵੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਆਹ ਵੀਡੀਓ ਜ਼ਰੂਰ ਚੈੱਕ ਕਰ ਲਿਓ ਠੀਕ ਹੈ ਕਾਫੀ ਕੈਂਡੀਡੇਟ ਨੂੰ ਪਤਾ ਲੱਗ ਗਿਆ ਜਿਹੜੇ ਕੈਂਡੀਡੇਟ ਰਹਿ ਗਏ ਨੇ ਪਲੀਜ਼ ਵੀਡੀਓ ਚੈੱਕ ਕਰ ਲਿਓ ਸਾਰਿਆਂ ਦੀਆਂ ਸਾਰੀਆਂ ਵੀਡੀਓਜ਼ ਪਈਆਂ ਨੇਗੀਆਂ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਇਸ ਲਈ ਟੈਲੀਗ੍ਰਾਮ ਚੈਨਲ ਵੀ ਜ਼ਰੂਰ ਜੁਆਇਨ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਕਹੋਗੇ ਸਿਰ ਵਾਰ-ਵਾਰ ਕਹਿ ਜਾਂਦੇ ਵਾਰ-ਵਾਰ ਕਹਿਣ ਦਾ ਮਤਲਬ ਇਹ ਹੈ ਕਈ ਕੈਂਡੀਡੇਟ ਰਹਿ ਜਾਂਦੇ ਨੇ ਓਕੇ ਜੀ ਮਿਲਦੇ ਆ ਨੈਕਸਟ ਅਪਡੇਟ ਦੇ ਵਿੱਚ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਟੂ ਯਰਸੈਲਫ ਬਾਏ ਬਾਏ